بسم الله الرحمن الرحیم بے نبی نربین مرسولین مدنین بے اخیہی اسد اللہ مسمان بے علین و بنوہا بطولین بے والدتا والسبتائے والشبلائے ہما ان دل زکیما بے سجا دے و بے اللہ باکرے ول صادق حق نواں بے موسا و رضا و تقیان و نقیان وا بے زلس کرے ول حجا تلکائیں بالحق الذي يضرب مصائف بحكم ذرين بتقبل بقبول حسن رب دعانا بعلينا بعلي يا صاحب الزمان ادركنا بحق دم لا فضل شهداء اللهم صل على محمد وآل محمد صلوا کہنا دا خالق تو ڈا ٹر رہے مزول فرماوے میرے بھائیاں دا صفحہ ماتم بچھایا اپنی بارگاہ وچ قبول فرماوے ہر مومن موالی نو مولا ہر تکلیف پریشانی تو محفوظ فرماوے بزرگان تکلیف ہے بیمار کربلا دے صدقہ مولا صحت کاملہ شفا عطا فرماون ہر مومن دی نیک دعا نیک تمنا اپنی بارگاہ وچ قبول فرماون ساری پہلی تے آخری بہت وڈی دعا ہے ساڈے بارویں امام زمانہ دا جل ظہور وہ رنگ و روپ وہی نقش و نین بنتا ہے وہ رنگ و روپ وہی نقش و نین بنتا ہے اسی طرح دل زہرا کا چین بنتا ہے اسی طرح دل زہرا کا چین بنتا ہے وجہ حسن کی شان میں ایک لفظ کافی ہے حسن کو چھوٹا کروں تو حسین بنتا ہے ٹائم تھوڑے سامنے ایک جناب نو شعر سناوا قصیدے دا چار بین سناوا مولا تواڈی زندگی دراز فرماوے پاک امام حسین بادشاہ تو زیارت کربلا فرماوے ہر مومن دی نیک حسرت منظور فرماوے ہر مومن نو اس وقت تک موت ہی نہ آوے جب تک وہ 14 دا زمان نہ ہوئے اجازت ہو تو میں جناب نے تھوڑا جیا کربلا دا تعارف کراواں چ ہے اجازت کربلا ہے او 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 کربلا ہے مولا تو سلامت رکھو بسم اللہ جواب ہویا ہے جتھو دین کہاں میاب ہویا ہے زندگی دراز ہو پئی سلامت رہو پئی جتھو سجدہ لہ جواب ہویا ہے جتھو دین کہاں میاب ہویا ہے جتھو سجدہ لہ جواب ہویا ہے جتھو دین کہاں میاب ہویا ہے آسم چندی ماتی وچ اللہ رکھی شفا ہے او کربلا شاباش بھائی سلامت ہو بھائی زندگی دراز ہو سخی بادشاہ تو نگلا دے بسم اللہ کراں زندگی دراز ہوئے بھائی زیادی تشریح نہیں توضیح نہیں سچا میں کربلا دا تعارف کراواں ہوں تو سا عقیدہ ہے کربلا جنت ہے بھائی
ਜਿੱਥੇ ਹੁਸੈਨ ਬਾਦਸ਼ਾਹ ਰਹਿੰਦੇ ਨੇ, ਹੁਸੈਨ ਦੇ ਪੁੱਤ ਰਹਿੰਦੇ, ਜੰਨਤ ਹੀ ਹੈ ਨਾ ਸਰਚਾ। ਹੋਰ ਥੋੜਾ ਜਿਹਾ ਤਾਰਫ ਕਰਾਵਾਂ, ਪਹਿਲੇ ਲਮੇ ਨੇ ਖੁਲਦ ਭਰੇ ਨੇ ਅਦਲ ਕਰਮ ਦਾ ਸਾਨ, ਇੱਕ ਪਾਸੇ ਸੁਲਤਾਨ ਵਫਾਤਾ ਦੂਜੀ ਤਰਫ ਹੁਸੈਨ। ਸ਼ਾਬਾਸ਼ ਭਾਈ, ਸ਼ਾਬਾਸ਼ ਭਾਈ, ਸਲਾਮਤ ਰਹੋ ਬੰਦੀ ਜੀ, ਜੀ ਜੀ ਭਾਈ। ਯਾਲੀ ਯਾਲੀ, ਪਹਿਲੇ ਲਮੇ ਨੇ ਖੁਲਦ ਭਰੇ ਨੇ ਅਦਲ ਕਰਮ ਦਾ ਸਰ ਸਲਾਮਤ ਰਹੋ ਭਾਈ, ਜ਼ਿੰਦਗੀ ਦਰਾਜ਼ ਹੋਵੇ ਭਾਈ। ਸਖੀ ਬਾਦਸ਼ਾਹ ਤੋਂ ਨਗਲ ਆਏ, ਹੁਸੈਨ ਬਾਦਸ਼ਾਹ ਬੜੀ ਮਿਹਨਤ ਕੀਤੀ ਹੈ, ਇਹ ਮੇਰਾ ਮੌਲਾ ਹੁਸੈਨ ਦੀ ਮਿਹਨਤ ਹੈ। ਅਸਾਂ ਅੱਧ ਰਾਤ ਨੂੰ ਘਰ ਆਵਾਂ ਤਾਂ ਪਤਾ ਲੱਗ ਪੈਂਦਾ ਸਾਡੀ ਮਾਂ ਸੁੱਤੀ ਹੋਈ ਹੈ, ਇਹ ਸਾਡੀ ਭੈਣ ਸੁੱਤੀ ਹੋਈ ਹੈ। ਇੱਕ ਅਸਾਂ ਨਹੀਂ, ਖੁਦ ਤੌਹੀਦ ਹੀ ਮਮਨੂਨ ਹੈ ਮੇਰੇ ਮੌਲਾ ਹੁਸੈਨ ਦੇ। ਜ਼ਿੰਦਗੀ ਦਰਾਜ਼ ਹੋਵੇ ਭਾਈ। ਸੱਚਾ ਸਿਰਫ ਹੁਸੈਨ ਬਾਦਸ਼ਾਹ ਨਮਾਜ਼ ਨਹੀਂ ਬਚਾਈ, ਸਿਰਫ ਹੁਸੈਨ ਸਜਦਾ ਨਹੀਂ ਬਚਾਇਆ। ਆਮ ਮੈਂ ਦੱਸਾਂ ਕਿਆ ਕਿਆ ਬਚਾਏ, ਪਹਿਲੇ ਅਜ਼ਾਨ ਬਚਿਆ ਕੁਰਾਨ ਬਚਿਆ ਤੇਰਾ ਇਸਲਾਮ, ਬਚ ਗਏ ਤਸਬੀਹ ਬਚਿਆ ਮੁਸੱਲਾ ਬਚਿਆ ਦਰੂਦ ਸਲਾਮ। ਸ਼ਾਬਾਸ਼ ਭਾਈ, ਸ਼ਾਬਾਸ਼ ਭਾਈ, ਬਿਸਮਿਲ੍ਲਾ ਕਰਾਂ, ਬਿਸਮਿਲ੍ਲਾ ਕਰਾਂ, ਜ਼ਿੰਦਗੀ ਹੋਵੇ ਭਾਈ ਤੁਹਾਡੀ, ਸਲਾਮਤ ਰਹੋ ਭਾਈ, ਸਲਾਮਤ ਰਹੋ ਭਾਈ। ਪਹਿਲੇ ਅਜ਼ਾਨ ਬਚਿਆ ਕੁਰਾਨ ਬਚਿਆ ਤੇਰਾ ਇਸਲਾਮ, ਬਚ ਗਏ ਤਸਬੀਹ ਬਚਿਆ ਮੁਸੱਲਾ ਬਚਿਆ ਦਰੂਦ ਸਲਾਮ। ਮਿਹਨਤ ਬਚੀ ਨਬੀਆਂ ਦੀ, ਇੱਜ਼ਤ ਬਚੀ ਵਲੀਆਂ ਦੀ, ਮਿਹਨਤ ਬਚੀ ਨਬੀਆਂ ਦੀ, ਬਚੇ ਵਲੀਆ ਦੇ, ਬਚਿਆ ਜਿਥਾ ਲਾ ਇਲਾ ਦੀ ਕਸਮ ਲਾ ਇਲਾ ਓ ਕਰਬਲਾ। ਕੁਝ ਨੌਕਰੀ ਪਸੰਦ ਆਈ, ਇਹਨੇ 60 ਦੇ ਟਾਈਮ ਵਿੱਚ ਪੂਰੀ ਨੌਕਰੀ ਸੁਣਾਉਣੀ। ਅਜ਼ਮਤਾਂ ਦਾ ਸਿਲਸਿਲਾ ਸ਼ਬੀਰ ਹੈ, ਕਰਬਲਾ ਸ਼ਬੀਰ ਹੈ, ਅਜ਼ਮਤਾਂ ਦਾ ਸਿਲਸਿਲਾ ਸ਼ਬੀਰ ਹੈ, ਕਰਬਲਾ ਸ਼ਬੀਰ ਹੈ, ਅਜ਼ਮਤਾਂ ਦਾ ਸਿਲਸਿਲਾ ਸ਼ਬੀਰ ਹੈ, ਸਾਚਾ ਥੋੜ੍ਹਾ ਜਿਹਾ ਹੋਰ ਤਾਰਫ ਕਰਾਵਾਂ ਹੁਸੈਨ ਬਾਦਸ਼ਾਹ ਦਾ, ਆਖਰੀ ਸ਼ੇਰ ਪੈਣ ਲੱਗਾ ਫਜ਼ੈਲ ਦਾ। ਸਾਚਾ ਆਉਣਾ ਤੇ ਮੇਰੇ ਪਾਸੇ ਵੇਖਣਾ ਹੈ, ਆ
ਜਾਤੇ ਹੋਵੇ ਨਾਲ ਭਿਰਾਏ ਉਹ ਬਦਮਾਸ਼ਾਂ ਦਾ ਨਾਰਸ ਹੋਵੇ ਮੰਗੋ ਕੋਲ ਹੋ ਬਦਾਰ ਦੁਆ ਬਾਜ਼ਾਰ ਦੇ ਵਿੱਚ ਯਤੇ ਹੋਵੇ ਨਾਲ ਫਿਰਾਏ ਉਹ ਬਦਮਾਸ਼ਾਂ ਦਾ ਨਾਰਸ ਹੋਵੇ ਮੰਗੋ ਕੋਲ ਹੋ ਬਦਾਰ ਹਰ ਮੋੜ ਤੇ ਆਦਾਈਆਂ ਰਹਾ ਦੇਵੋ ਮੇਰੇ ਨਾਲ ਅਕਬਰ ਦੀ ਜਿਤਨੇ ਮੋਮਿਨ ਹੁਸੈਨ ਦੇ ਹੁਸੈਨ ਦੀ ਮਾਨ ਮੁਕਾਨ ਬੜੇ ਦਿਨ ਕਦੇ ਘਰੋਂ ਟੁਰਨਾ ਤਰੋਂ ਦਾ ਹੀ ਟੁਰ ਪਿਆ ਘਰ ਜਣੀ ਦੀਵਾਰ ਰੋਂਦਾ ਟੁਰਿਓ ਲੋਕ ਪੁੱਛਣ ਕਿਉਂ ਵਧਰੋ ਨਾ ਰੋ ਕੇ ਆਖੀ ਉਸ ਗਰੀਬ ਨੂੰ ਵਧਰੋ ਨਾ ਜਿਹਦੀ ਲਾਸ਼ ਤੇ ਮਹਿਣਾ ਨਹੀਂ ਰੋਣੀ ਵਾਹ 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 ਮੈਂ ਬਿਸਮਿਲਾ ਕਰਾਂ ਮੈਂ ਬਿਸਮਿਲਾ ਕਰਾਂ ਹੁਸੈਨ ਰਾਜ਼ੀ ਹੋਣੇ ਬਈ ਹੁਸੈਨ ਦੀ ਮਾਂ ਰਾਜ਼ੀ ਹੋਣੇ ਮਾਂ ਹੁਸੈਨ ਦੀ ਰਾਜ਼ੀ ਹੋਣੇ ਬਿਸਮਿਲਾ ਕਰਾਂ ਦੋ ਜਾਂ ਤਰੇ ਮਿੰਟ ਮੈਂ ਪੜ੍ਹਨਾ ਬਾਈ ਜਾਨ ਮੈਂ ਨਾ ਕਰਾਂ ਬਾਬਾ ਮੈਂ ਲੱਖ ਵਾਰੀ ਪੜ੍ਹਾਂ ਮੈਂ ਨਾ ਕਰਾਂ ਬਾਬਾ ਮਜਲਿਸ ਹੁਸੈਨ ਤੂੰ ਜੋ ਆਖੇ ਰੋਵਣ ਨਹੀਂ ਆਉਂਦਾ ਨਹੀਂ ਰੋਵਣ ਆਉਂਦਾ ਤਾਂ ਅਕਬਰ ਦੀ ਜਵਾਨੀ ਨੂੰ ਨਾ ਰੋ ਹੁਸੈਨ ਦੀਆਂ ਤਹਿਰਾਂ ਜ਼ਰਮਾਂ ਨਾ ਰੋ ਅੱਬਾਸ ਤੇ ਬਾਜ਼ਵਾਂ ਨਾ ਰੋ ਮਗਰ ਮਿੰਨਤ ਕਰੇਂਦਾ ਜਦਾ ਅਲੀ ਦੀ ਧੀ ਦੇ ਬੁਰਕੇ ਦੀ ਗੱਲ ਆਵੇ ਜ਼ਰੂਰ ਨਾ ਕਰ ਵਾਹ ਭਾਈ ਵਾਹ ਵਾਹ ਭਾਈ ਵਾਹ ਵਾਹ ਭਾਈ ਵਾਹ ਵਾਹ ਮੈਂ ਬਿਸਮਿਲਾ ਕਰਾਂ 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 ਭਾਈ ਮਾਦੀ ਖਾਨ ਤੇਰਾ ਰਾਤ ਰੋਣ ਵਾਲਾ ਇਮਾਮ ਭਾਈ ਜਾਨ ਇਸੇ ਬੁਰਕੇ ਨੂੰ ਰੋਂਦੋ ਹੈ ਜਦਾਂ ਹਿੰਦਾ ਦੇ ਦਰਵਾਜ਼ੇ ਤੇ ਆ ਬੈਠਾ ਰਮਲਾ ਮਾਂ ਦੇ ਕੋਲ ਆਈਏ ਹੱਕਲ ਮਾਰ ਕੇ ਆਦੀ ਅੰਮਾ ਫਾਖਰਾ ਲਿਬਾਸ ਲਹਾ ਮੈਲਾ ਲਿਬਾਸ ਪਾ ਤਿੰਨ ਬਾਜ਼ਾਰ ਚ ਮੈਂ ਮੌਜਾ ਵੀ ਖਾਵਾ ਮਾਂ ਦੀ ਕਿਹੜਾ ਮੌਜਾ ਦੀ ਹੁਣ ਵੇ ਕੇ ਆਂਦੀ ਪਈਆਂ ਇੱਕ ਕਹਿ ਦੀਏ ਰੋਂਦਾ ਰਹਤੇ ਮਾਂ ਦੀ ਮੈਨੂੰ ਸਾਈਆਂ ਦੀ ਮਨਾਏ ਮੈਂ ਬਾਗੀਆਂ ਦਾ ਤਮਾਸ਼ਾ ਨਹੀਂ ਵੇਖਣਾ ਹੱਕਲ ਮਾਰ ਗਿਆ ਦੀ ਅੰਮਾ ਗੁਨਾਗਾਰ ਪਈਓ ਨੀ ਉਹਨਾਂ ਨੂੰ ਬਾਗੀ ਨਾ ਸਾਡ ਉਹ ਤਾਂ ਕੋਈ ਐਡੇ ਪਰਦਾਦਾਰ ਜਿਨ੍ਹਾਂ ਦੀ ਚਾਦਰੀ ਕਾਈ ਨਹੀਂ ਹੱਥ ਪਰਦਾ ਆਦੀ ਕਿਵੇਂ ਦਾ ਪਰਦਾ ਆਦੀ ਦੀ ਕੰਡ ਤੇ ਮੱਥਾ ਰੱਖੀ ਵਧੀਆ ਜਿਹੜੇ ਪੱਥਰ ਪੈ ਲੱਗਦੇ ਨੀ ਕਾਈ ਨਹੀਂ ਆਦੀ ਮੈਂ ਜ਼ਖਮੀ ਆ ਮਾਂ ਹੁਸੈਨ ਦੀ ਰਾਜ਼ੀ ਹੋਣੇ ਮਾਂ ਹੁਸੈਨ ਦੀ ਰਾਜ਼ੀ ਹੋਣੇ ਮੈਂ ਬਿਸਮਿਲਾ ਕਰਾਂ ਮੈਂ ਬਿਸਮਿਲਾ ਕਰਾਂ ਸਹਿਣ ਰਾਜ਼ੀ ਹੋਣੇ ਸਹਿਣ ਰਾਜ਼ੀ ਹੋਣੇ ਸਹਿਣ ਰਾਜ਼ੀ ਹੋਣੇ ਅੰਮਾ ਅਗਲੀ ਗੱਲ ਤੈਨੂੰ ਦੱਸਾਂ ਤੂੰ ਕਮਰ ਚ ਰੋਸ ਆਦੀ ਕਿਹੜੀ ਗੱਲ ਆਦੀ ਅੰਮਾ ਕਾਰੀ ਮੈਂ ਬਹੁ ਵੇਖੇ ਪਰ ਬਾਜ਼ਾਰ ਚ ਅਜੀਬ ਕਾਰੀ ਵੇਖਾਈਆਂ ਦਾੜੀ ਕੋਈ ਨਹੀਂ ਨੇ ਤੇ ਕੁਰਾਨ ਵਦੇ ਪੜ੍ਹਦੇ
ਮੈਂ ਕਵੱਡਾ ਕਾਰੀਏ ਜਸਲ ਉੱਚਾ ਕੁਰਾਨ ਪੜਦਾ ਲੋਕਾਂ ਦਾ ਰਸ ਬਣਦਾ ਹੈ ਜਿੱਕਾ ਬਣੇ ਦੋਦੀ ਇੱਕ ਭੈਣ ਹੈ ਜਿਹੜੀ ਜ਼ਈਫਾ ਦੀ ਕਾਂਡ ਤੋਂ ਮੱਥਾ ਚਾਹੀਦੀ ਹੈ ਅਕਲ ਮਾਰ ਕੇ ਦੀ ਉੱਚਾ ਕੁਰਾਨ ਪੜ ਮੈਂ ਤਾਂ ਭੈਣ ਦਾ ਪੜਦਾ ਬਚ ਕੁਰਾਨ ਤਾਂ ਸੋਹਣਾ ਬਣਿਆ ਤੇਰੇ ਨਾ ਕੇ ਉਸ ਆਪਣਾ ਨਾਂ ਦੱਸਿਆ ਮੈਂ ਕਹਿ ਦੱਸਾਂ ਤੇਰੇ ਬਾਬੇ ਦਾ ਨਾਂ ਕੇ ਉਸ ਦੱਸਿਆ ਮੈਂ ਕਿਹਾ ਨਰਾ ਨਵੇਂ ਦੱਸਾਂ ਤੇਰੀ ਮਾਂ ਦਾ ਨਾ ਕੇ ਉਸ ਰੋ ਗਿਆ ਤੇ ਦੱਸਾਂ ਪਰ ਜਹਾ ਚੰਗੀ ਕਾਈ ਨਹੀਂ ਮੈਂ ਕੀ ਇਸ਼ਾਰੇ ਨਾ ਦੱਸਾਂ ਰੋ ਗਿਆ ਤਿਆਰ ਨਮਾਜ਼ੀ ਨਮਾਜ਼ ਪੜ੍ਹਾਉਣ ਦੇ ਬਾਅਦ ਜਿਹਦੇ ਨਾਂ ਦੀ ਤਸਬੀ ਪੜਦਾ ਉਹ ਮੇਰੀ ਮਾਂ ਮੈਂ ਕਿ ਮਾਂ ਤਸਬੀ ਲਈਏ ਦੀਆਂ ਮਜ਼ਾਰ ਚ ਚਾਦਰਾਂ ਵਧੀਆ ਸਾਡੇ ਦਰਵਾਜ਼ੇ ਤੇ ਆਇਆ ਬੈਠਾ ਭਾਈ ਜਾਨ ਹਿੰਦਾ ਚਾਦਰ ਨਹੀਂ ਸੰਭਲੀ ਚਾਦਰ ਹੱਥਾਂ ਤੇ ਰਹਿ ਗਈ ਤੁਰਦੀ ਉਹ ਸਜਾਦ ਕੋਲ ਆਈ ਦੋਏ ਹੱਥ ਮੱਥੇ ਦਰਾਗਿਆ ਦੀ ਕਹਿੰਦੀ ਮੇਰਾ ਸਲਾਮ ਹੋਵੇ ਅੱਖਾਂ ਸਾਫ਼ ਕਰ ਗਿਆ ਦਾ ਲੈ ਕੇ ਸਲਾਮ ਤਾਂ ਸਮਝੇ ਬੁਰਕਾ ਕਿਉਂ ਨਹੀਂ ਉਪਾਇਆ ਉਸ ਰੋ ਗਿਆ ਦੀ ਮੈਨੂੰ ਬੁਰਕੇ ਦੱਸਣਾ ਉਹ ਤੇਰੀਆਂ ਕੁਛ ਨਹੀਂ ਲੱਗਦੀਆਂ ਜਿਨ੍ਹਾਂ ਦੀ ਚਾਦਰ ਕਾਈ ਨਹੀਂ ਬਾਜ਼ਾਰ ਚ ਪੱਥਰ ਵਧੀਆ ਛੋਟੇ ਛੋਟੇ ਹੱਥ ਬਣ ਗਿਆ ਦੀ ਮਾਈ ਉਹਨੂੰ ਨਾ ਮਾਰ ਜਿਤਨਾ ਮਾਰਨਾ ਹੋਈ ਮੈਨੂੰ ਮੈਂ ਆਖਰੀ ਵਹਿਣ ਬਾਈ ਮਾਂ ਹੁਸੈਨ ਦੀ ਰਾਜ਼ੀ ਹੋਵੇ ਮਾਂ ਹੁਸੈਨ ਦੀ ਤੁਹਾਡੀ ਮੁਕਾਨ ਮਨਜ਼ੂਰ ਫਰਮਾਏ ਬਿਸਮਿਲ੍ਲਾ ਕਰਾਂ ਮੈਂ ਬਿਸਮਿਲ੍ਲਾ ਕਰਾਂ ਮੈਂ ਬਿਸਮਿਲ੍ਲਾ ਕਰਾਂ ਸੈਨ ਰਾਜ਼ੀ ਹੋਵੇ ਮੈਂ ਨੌਕਰ ਬਾਬਾ ਮੈਂ ਬਿਸਮਿਲ੍ਲਾ ਕਰਾਂ ਸੈਯਦ ਰੋ ਕਿਆ ਦਾ ਆਖੇ ਤਾਂ ਤੈਨੂੰ ਕਹਾਣੀ ਸੁਣਾਵਾਂ ਆਦੀ ਸੁਣਾ ਗਾਣੀ ਆਦਕ ਬਾਦਸ਼ਾਹ ਆਈ ਮੇਰੇ ਬਾਦਸ਼ਾਹ ਦੀ ਗੱਲ ਆਦਾ ਹੋਰ ਕਿਹੜੀ ਸੁਣਾਵੇ ਏਡਾ ਗਯੂਰ ਆਈ ਕਨੀਜ਼ਾਂ ਦੀ ਆਵਾਜ਼ ਨਹੀਂ ਸੁਣ ਸਕਦਾ ਉਹਦੀ ਕਨੀਜ਼ ਆਈ ਜਿਹੜੀ ਸੁਬਹ ਸੁਬਹ ਨੂੰ ਜੁੱਤੀਆਂ ਸਾਫ ਕਰਕੇ ਪਵਾਈਂਦੀ ਆਈ ਉਹ ਗਯੂਰ ਉਹਦੇ ਵਾਸਤੇ ਦੁਆ ਮੰਗਦਾ ਈ ਅੱਲਾ ਤੈਨੂੰ ਸ਼ਹਿਜ਼ਾਦੀ ਬਣਾਵੇ ਜਿੱਦਾਂ ਸ਼ਹਿਜ਼ਾਦੀ ਬਣ ਵਣੇ ਤੇਰੇ ਦਰਵਾਜ਼ੇ ਤੇ ਕੋਈ ਕਹਿੰਦੀ ਆਵੇ ਉਹਨੂੰ ਚਾਬਕ ਨਾ ਮਾਰੇ ਕਦਮਾਂ ਤੇ ਜਾਣ ਕੇ ਆਦੀ ਮੈਂ ਮੁਰਦੀ ਆਈ ਤੂੰ ਸਜਾ ਦੇ ਆਦ ਮੈਨੂੰ ਸੁਣਾਣ ਵਾ ਮਦੀਨੇ ਆਲਾ ਗਰੀ ਮੈਂ ਲੱਖ ਵਾਰੀ ਪੜਾ ਬਾਬਾ ਮੈਂ ਲੱਖ ਵਾਰੀ ਮੈਂ ਜੀ 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 ਬਿਸਮਿਲ੍ਲਾ ਕਰ ਜੀ ਬਿਸਮਿਲ੍ਲਾ ਕਰ ਸੈਯਦ ਦਇਆ ਕੇ ਤੈਨੂੰ ਕਹਾਣੀ ਸੁਣਾਵਾਂ ਹਿੰਦਾਂ ਦੀ ਸੁਣਾ ਕਹਾਣੀਆਂ ਤੱਕ ਬਾਦਸ਼ਾਹ ਆਈ
ਅਦੇ ਪੁੱਤਰਾ ਇਹਨਾਂ ਨਫੀਸ ਆਈ ਕਲਮ ਜੋ ਪਕੜਿਆ ਹੱਥਾਂ ਤੇ ਛਾਲੇ ਬਣਵਾਉਂਦੇ ਆ ਆਦੀ ਹੋਰ ਸੁਣਾ ਇਹ ਤਾਂ ਮੇਰੇ ਬਾਦਸ਼ਾਹਾਂ ਦੀ ਗੱਲ ਹੈ ਆਦਾ ਹੋਰ ਕਿਹੜੇ ਸੁਣਾਵਾ ਐਡਾ ਗਯੂਰਾ ਇਹ ਕਨੀਜ਼ਾਂ ਦੀ ਆਵਾਜ਼ ਹੀ ਨਹੀਂ ਸੁਣ ਸਕਦਾ ਉਹਦੀ ਕਨੀਜ਼ ਆਈ ਜਿਹੜੀ ਸੁਬਹ ਸੁਬਹ ਨੂੰ ਜੁੱਤੀਆਂ ਪਵਾਈਂਦੀ ਆਈ ਦਰਵਾਜ਼ੇ ਤੇ ਕੋਈ ਕਹਿੰਦੀ ਆਵੇ ਉਹਨੂੰ ਚਾਹ ਬਗ ਨਾ ਮਾਰੇ ਕਦਮਾਂ ਤੇ ਚੜ ਕੇ ਆਂਦੀ ਮੈਂ ਬੁਲਦੀ ਆ ਤੂੰ ਸਜਾ ਅਲਾ ਲਾਨਤੁਲਾਹ ਕੌਮ ਜ਼ਾਲਿਮੀਨ بسم الله الرحمن الرحيم اللهم كن وليا كل حجة بن الحسن صلواتك عليه وعلى آبائه في الصلاة وفي كل صلاة من صلاة الليل والنهار وليا وحافظا وقائدا وناصرا ودليلا أين انحطى وتسكنه وأرزاك طوعا وتمتعه فيها طويلا وأجل فرجك قائم آل محمد يا رب محمد وآل محمد اللهم صل على محمد وآل محمد میرا خالق و مالک آل محمد صدقہ جتنے مومن مومنات ٹور کان دا ٹورا منظور فرما اس مجلس ثواب اس مجلس دا جتنا بھی ثواب ہے میرے بھائی دے جتنے مرحومین دنیا تو ٹر گئے انہاں دے روح نذریعہ امام زمانہ ثواب پہنچا مولا حسین دے صدقے اللہ انہاں دے درجات بلند فرما امام حسین دے سونے پتر دے صدقہ مولا انہاں دے بچیاں دی زندگی دراز فرما میرے بھائی دا صفے ماتم وچھایا اپنی بارگاہ وچ قبول فرماوے میرا مولا اس ذکر دے بدلے بھائیوں نوں وسیع رزق عطا فرماوے ہر مومن والدین نیک دعا نیک تمنا اپنی بارگاہ وچ قبول فرماوے امام حسین دے صدقے میرا مولا ہر مومن والی نوں حج و زیارات نصیب فرما امام حسین دے سونے پتراں دے صدقہ مومناں دے بچیاں دی زندگی دراز فرما امام حسین دے عظیم مشن دا واسطہ ہر مومن والی نوں ہر میدان چ کامیابی و کامرانی عطا فرما جتنے نوجوان بزرگ تشریف فرمائیں جو نیک حاجات رکھ دن امام حسین دے صدقے میرے اللہ انہاں دیاں دعائیں منظور فرما میرے خالق و مالک ہر مومن موالی دی نیک دعا نیک تمنا منظور فرما میں حقیر دی نوکری اپنی بارگاہ وچ قبول فرما ساری پہلی تے آخری بہت بڑی دعائیں ساری بارہویں امام زمانہ دا جلد ظہور فرماوے اللہم صلی علی محمد وآل محمد وآل محمد